ਏ ਕੈਟਾਗਰੀ ਦੇ ਗੈਂਗਸਟਰ ਵੱਲੋਂ ਲਗਾਤਾਰ ਪੁਲਿਸ ਨੂੰ ਦਿੱਤੀਆਂ ਜਾ ਰਹੀਆਂ ਸੀ ਧਮਕੀਆਂ, ਪਰ ਹੁਣ ਉਹ ਆ ਗਿਆ ਪੰਜਾਬ ਪੁਲਿਸ ਦੇ ਅੜਿੱਕੇ। ਲੁਧਿਆਣਾ ਪੁਲਿਸ ਵੱਲੋਂ ਏ ਕੈਟਾਗਰੀ ਦੇ ਗੈਂਗਸਟਰ ਨੂੰ ਕੀਤਾ ਗਿਆ ਕਾਬੂ, ਜੋ ਕਿ ਕਈ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਪੰਜਾਬ ਪੁਲਿਸ ਨੂੰ ਚੁਣੌਤੀਆਂ ਦੇ ਰਿਹਾ ਸੀ। ਜੇ ਮੇਰੀ ਜ਼ਿੰਦਗੀ ਖਰਾਬ ਹੋ ਰਹੀ ਹੈ, ਮੈਂ ਜ਼ਿੰਦਗੀ ਕਿਸੇ ਸੈੱਟ ਰਹਿਣ ਵੀ ਨਹੀਂ ਦਊਂਗਾ। ਹੁਣੀ ਮੈਨੂੰ ਦੱਸ ਦੇਣ ਕਿ ਹਾਂ ਵੀ ਅਸੀਂ ਤੇਰੀ ਵਾਈਫ ਤੋਂ ਪਰਚਾ ਕੈਂਸਲ ਕਰ ਰਹੇ ਹਾਂ, ਤੂੰ ਆ ਜਾ, ਮੈਂ ਆ ਜਾਊਂਗਾ। ਅਬ ਸਾਡੇ 'ਚ ਅਣਖ ਪੂਰੀ ਆ, ਸਾਡੀ ਅਣਖ ਨਹੀਂ ਮਰੀ। ਜੇ ਉਹਨਾਂ ਕੋਲ ਪੈਸਾ ਵਾ, ਸਾਡੇ ਕੋਲ ਅਣਖ ਆ। ਮੈਂ ਤਾਂ ਮਰਨਾ ਹੀ ਆ, ਮੈਨੂੰ ਪਤਾ ਤੁਸੀਂ ਮੇਰਾ ਇਨਕਾਊਂਟਰ ਕਰਨਾ ਹੀ ਕਰਨਾ ਵਾ, ਤੁਸੀਂ ਇਨਕਾਊਂਟਰ ਮਿੱਥਿਆ ਹੋਇਆ ਵਾ। ਜੇ ਮੇਰੀ ਵਾਈਫ ਜੇਲ ਜਾਂਦੀ ਆ, ਮੇਰਾ ਘਰ ਰੁੜਦਾ ਵਾ, ਮੈਂ ਵੈਪਨ ਵੀ ਮੰਗਾਊਂਗਾ, ਮੈਨੂੰ ਮੇਰੀ ਕੁੜੀ ਦੀ ਸਹੁੰ ਲੱਗੀ, ਮੇਰੀ ਵਾਈਫ ਦਾ ਜੇ ਪਰਚਾ ਕੈਂਸਲ ਹੋ ਜਾਂਦਾ ਵਾ, ਮੈਂ ਨਾਲੋਂ ਨਾਲ ਆਜੂਗਾ ਤੁਹਾਡੇ ਕੋਲ। ਕਮਿਸ਼ਨਰ ਸਾਹਿਬ, ਤੁਹਾਨੂੰ ਦੱਸਣਾ ਚਾਹੁੰਦਾ ਸਪੈਸ਼ਲੀ ਮੈਂ। ਮੁਜਰਮ ਵੱਲੋਂ ਪੁਲਿਸ ਨੂੰ ਚੈਲੰਜ ਕੀਤਾ ਜਾ ਰਿਹਾ ਸੀ, ਜਿਸ ਨੂੰ ਲੈ ਕੇ ਪੁਲਿਸ ਕਈ ਦਿਨਾਂ ਤੋਂ ਉਸਦਾ ਪਿੱਛਾ ਕਰ ਰਹੀ ਸੀ, ਤੇ ਹੁਣ ਉਹ ਅੜਿੱਕੇ ਆ ਹੀ ਗਿਆ ਪੰਜਾਬ ਪੁਲਿਸ ਦੇ। ਪੁਲਿਸ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਮੁਜਰਮ ਵੱਲੋਂ ਅਪ੍ਰੈਲ ਮਹੀਨੇ ਦੁਗਰੀ ਵਿੱਚ ਇੱਕ ਮਹਿਲਾ ਤੇ ਹਮਲਾ ਕੀਤਾ ਗਿਆ ਸੀ ਤੇ ਉਸਦੀ ਮੌਤ ਹੋ ਗਈ। ਇੰਨਾ ਹੀ ਨਹੀਂ ਬਲਕਿ ਮੁਜਰਮ ਤੇ 18 ਤੋਂ 19 ਹੋਰ ਪਰਚੇ ਵੀ ਦਰਜ ਨੇ, ਜਿਸ ਵਿੱਚ ਇਹ ਭਗੌੜਾ ਚੱਲ ਰਿਹਾ ਸੀ ਤੇ ਹੁਣ ਇਹ ਪੰਜਾਬ ਪੁਲਿਸ ਦੇ ਅੜਿੱਕੇ ਆ ਗਿਆ। ਪੰਜਾਬ ਪੁਲਿਸ ਵੱਲੋਂ ਮੁਜਰਮ ਨੂੰ ਯੂਪੀ ਤੋਂ ਗ੍ਰਿਫਤਾਰ ਕੀਤਾ ਗਿਆ, ਉਸ ਤੋਂ ਬਾਅਦ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਜਿਹੜਾ ਇੱਕ ਸਾਡੇ ਰੀਸੈਂਟਲੀ ਇੱਕ ਮੁਕੱਦਮਾ ਦਰਜ ਹੋਇਆ ਸੀ 4th ਮਹੀਨੇ ਦੁਗਰੀ ਥਾਣੇ ਦੇ ਵਿੱਚ, ਪਹਿਲੋ ਅਟੈਂਪਟ ਟੂ ਮਰਡਰ ਹੋਇਆ ਸੀ ਇੱਕ ਲੇਡੀ ਸੁਰਜੀਤ ਕੌਰ ਨੂੰ, ਜਿਹੜੀਆਂ ਸੱਟਾਂ ਮਾਰੀਆਂ ਸੀ, ਪਰ ਜੇਰੇ ਇਲਾਜ ਫਿਰ ਉਹਨਾਂ ਦੀ ਮੌਤ ਹੋਣ ਤੋਂ 302 ਦਾ ਵਾਧਾ ਕੀਤਾ ਗਿਆ ਸੀ। ਉਸ ਮੁਕੱਦਮੇ ਦੇ ਵਿੱਚ ਜਿਹੜਾ ਇਹ ਸਾਗਰ ਨਿਊਟਨ, ਜਿਹੜਾ ਏ ਕੈਟਾਗਰੀ ਦਾ ਗੈਂਗਸਟਰ ਹੈ, ਜਿਹਦਾ ਪ੍ਰੀਵੀਅਸ ਰਿਕਾਰਡ ਇਹ ਹੈ ਵੀ ਇਹਦੇ ਖਿਲਾਫ਼ ਪਹਿਲੋ ਆਲਰੇਡੀ ਜਿਹੜੇ ਹੈ 18 ਤੋਂ 19 ਪਰਚੇ ਦਰਜ ਹੈ, ਹਰ ਤਰ੍ਹਾਂ ਦਾ ਮੁਕੱਦਮਾ ਦਰਜ ਹੈ ਇਹਦੇ ਖਿਲਾਫ਼। NDPS ਦਾ ਵੀ ਹੈ, ਅਟੈਂਪਟ ਟੂ ਮਰਡਰ ਦਾ ਵੀ ਹੈ, ਆਰਮਜ਼ ਐਕਟ ਦਾ ਵੀ ਹੈ, ਅਤੇ ਮਰਡਰ ਲੁੱਟ ਖੋਹ ਦਾ ਵੀ ਹੈ। ਇਹਦੇ ਕੋਲ ਹਰ ਤਰ੍ਹਾਂ ਦੇ ਜਿਹੜੇ ਮੁਕੱਦਮੇ ਦਰਜ ਹੈ। ਜੇਲ੍ਹ ਤੋਂ ਜਿਹੜਾ ਬੇਲ ਆਊਟ ਹੋਇਆ ਹੋਇਆ ਮਾਰਚ ਦੇ ਵਿੱਚ, ਮਾਰਚ 2024 'ਚ, ਇਹਨੇ ਆ ਕੇ ਰੀਸੈਂਟਲੀ ਵਾਰਦਾਤ ਕੀਤੀ ਸੀ। ਇਹਦੇ ਵਿੱਚ ਸਾਡੀ ਮਾਣਯੋਗ CP ਸਾਹਿਬ ਨੇ ਇੱਕ ਜਿਹੜੀ ਟੀਮ ਬਣਾਈ ਸੀ, ਜਿਹਦੇ ਵਿੱਚ ਕਾਊਂਟਰ ਇੰਟੈਲੀਜੈਂਸ ਦੇ AIG ਸਿਮਰਨ ਢੀਂਡਸਾ ਹੋਰਾਂ ਦੀ ਜਿਹੜੀ ਟੀਮ ਹੈ, ਉਹ ਸਾਡੇ ਨਾਲ ਇੰਸਪੈਕਟਰ ਸਾਹਿਬਾਨ ਹੈ, ਅਤੇ ਨਾਲ ਸਾਡੇ CI ਦੇ ਇੰਸਪੈਕਟਰ ਅਤੇ ADCP ਇਨਵੈਸਟੀਗੇਸ਼ਨ ਅਮਨ ਬਰਾੜ, ਇਹਨਾਂ ਨੇ ਸਾਰਿਆਂ ਨੇ ਟੀਮ ਨੇ ਬਹੁਤ ਅੱਛਾ ਕੰਮ ਕੀਤਾ। ਜਿਹੜਾ ਇਸ ਏ ਕਲਾਸ ਦੇ ਗੈਂਗਸਟਰ ਨੂੰ, ਜਿਹਦਾ ਇੰਨਾ ਪ੍ਰੀਵੀਅਸ ਰਿਕਾਰਡ ਮਾੜਾ, ਇਹਨੂੰ UP ਦੇ ਵਿੱਚੋਂ, ਬਿਜਨੌਰ ਦੇ ਏਰੀਏ ਦੇ ਵਿੱਚੋਂ ਇਹਨੂੰ ਕੱਲ੍ਹ ਗ੍ਰਿਫਤਾਰ ਕੀਤਾ। ਅੱਜ ਅਸੀਂ ਹੁਣ ਇਹਨੂੰ ਰਿਮਾਂਡ 'ਤੇ ਮਾਣਯੋਗ ਕੋਰਟ ਦੇ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਫਰਦਰ ਅੱਗੇ ਇਨਵੈਸਟੀਗੇਸ਼ਨ ਕਰਾਂਗੇ, ਅਤੇ ਜਿਹੜੀ ਕੋਈ ਅੱਗੇ ਫਰਦਰ ਇਹਦੀ ਹੋਰ ਹੋਏਗੀ, ਜੋ ਵੀ ਰਿਕਵਰੀ ਹੋਏਗੀ, ਜੋ ਉਹ ਤੁਹਾਨੂੰ ਅਸੀਂ ਪ੍ਰੈਸ ਬਰੀਫ ਇਹ ਤੋਂ ਬਾਅਦ ਦੇਵਾਂਗੇ।